ਨਮਸਕਾਰ। ਰਾਤ ਦੇ ਕਰੀਬ 10:30 ਹੋ ਗਏ ਨੇ ਅਤੇ ਇੱਕੋ ਦਮ ਅਬੋਹਰ ਦਾ ਮੌਸਮ ਬਦਲ ਗਿਆ। ਹਨੇਰੀ ਬਹੁਤ ਤੇਜ਼ ਹੋ ਗਈ ਹੈ, ਲਾਈਟ ਚਲੀ ਗਈ ਹੈ, ਪੂਰੇ ਅਸਮਾਨ ਦੇ ਵਿੱਚ ਧੂੜ ਹੀ ਧੂੜ ਦਿਖ ਰਹੀ ਹੈ ਇਸ ਵਕਤ। ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਦੋਸਤੋ। ਜੋ ਲੋਕ ਸਾਡੇ ਨਾਲ ਜੁੜਦੇ ਨੇ ਦੱਸਿਆ ਜੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਇਸ ਤਰ੍ਹਾਂ ਹਨੇਰੀ ਤੇਜ਼ ਆਈ ਹੈ ਜਿਹੜੀ। ਕਿਉਂਕਿ ਰਾਜਸਥਾਨ ਦੇ ਵਿੱਚ ਲਗਾਤਾਰ 2 ਦਿਨ ਮੀਂਹ ਪਿਆ, ਬਹੁਤ ਟਿਕਾ ਕੇ ਮੀਂਹ ਪਿਆ, ਲੇਕਿਨ ਪੰਜਾਬ ਦੇ ਅਬੋਹਰ ਖੇਤਰ ਦੇ ਵਿੱਚ ਜਿਹੜਾ ਕਿ ਰਾਜਸਥਾਨ ਦੇ ਨਾਲ ਲੱਗਦਾ, ਸ਼੍ਰੀ ਗੰਗਾਨਗਰ ਹਨੂਮਾਨਗੜ੍ਹ ਦੇ ਨਾਲ ਲੱਗਦਾ, ਉਹਦੇ ਵਿੱਚ ਕੁਝ ਵੀ ਨਹੀਂ ਆਇਆ, ਇੱਕ ਬੂੰਦ ਵੀ ਨਹੀਂ ਪਈ। ਹਾਲਾਂਕਿ 1-2 ਪਿੰਡਾਂ ਦੇ ਵਿੱਚ ਬਰਸਾਤਾਂ ਦੀ ਸੂਚਨਾਵਾਂ ਮਿਲੀਆਂ ਸੀ ਜਿਹੜੇ ਕਿ ਰਾਜਸਥਾਨ ਦੇ ਨੇੜੇ ਸੀਗੇ, ਪਰ ਬਾਕੀ ਅਬੋਹਰ ਜਿਹੜਾ ਉਹ ਖਾਲੀ ਖਾਲੀ ਰਿਹਾ। ਹੁਣ 10:30 ਵਜੇ ਇੱਕਦਮ ਹਨੇਰੀ ਚੱਲ ਪਈ, ਮੌਸਮ ਇੱਕਦਮ ਬਦਲ ਗਿਆ, ਸੜਕਾਂ ਉੱਪਰ ਦਿਖਾਈ ਦੇ ਰਿਹਾ, ਬਹੁਤ ਜ਼ਿਆਦਾ ਰਿਕੁਐਸਟ ਹੈ ਨਿਕਲੇ ਚੱਲਿਆ ਜੇ, ਟ੍ਰੈਫਿਕ ਨੇ ਬਹੁਤ ਸਾਧਨਾਂ ਦਾ ਬਦਲ ਕਰਿਆ ਜੇ, ਕਿਉਂਕਿ ਇੱਕ ਹਾਦਸਾ ਹੋਇਆ ਸੀ ਉਹ ਵੀ ਮੈਂ ਦੱਸ ਦਿਆਂ ਕਿ ਹਨੇਰੀ ਕਰਕੇ ਥਾਨੇ ਵਾਲਾ ਸਤਕੋਸ਼ੀ ਦਾ ਇੱਕ ਮੁੰਡਾ ਕੋਬਰਾ ਤਾਰਾਂ ਵਿੱਚ ਵੱਜ ਗਿਆ ਸੀਗਾ ਅਤੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਸੁਨੀਲ ਕੁਮਾਰ ਜੀ ਦੱਸ ਰਹੇ ਨੇ, ਆਲਮਗੜ੍ਹ, ਰਕੇਸ਼ ਕੁਮਾਰ ਕਹਿ ਰਹੇ, ਚੰਨਣ ਖੇੜਾ, ਧੀਰ ਸਿੰਘ ਪਨੇਸਰ ਕਹਿ ਰਹੇ ਨੇ ਥਾਨੇ ਵਾਲਾ ਹਨੇਰੀ ਆ, ਸੁਸ਼ੀਲ ਕੁਮਾਰ ਕਹਿ ਰਹੇ ਨੇ ਆਲਮਗੜ੍ਹ। ਅਤੇ ਦੋਸਤੋ ਇਹ ਜਿਹੜੀ ਹਨੇਰੀ ਹੁੰਦੀ ਹੈ ਕਈ ਵਾਰ ਖਿੱਚ ਕੇ ਲੈ ਜਾਂਦੀ ਹੈ 2-ਵੀਲਰ ਵਾਲਿਆਂ ਨੂੰ ਅਤੇ ਖੇਤਾਂ ਵਿੱਚ ਜਦੋਂ ਲਿੰਕ ਰੋਡ ਹੁੰਦੇ ਆ ਆਪਣੇ ਸਾਹਮਣੇ ਇਸ ਤਰ੍ਹਾਂ ਦਾ ਇੱਕ ਹਾਦਸਾ ਆਇਆ ਸੀਗਾ ਕਿ ਇੱਕ ਨੌਜਵਾਨ ਦੇ ਹੱਥ ਬੁਰੀ ਤਰ੍ਹਾਂ ਵੱਢੇ ਗਏ ਸੀਗੇ ਕੋਬਰਾ ਤਾਰਾਂ ਕਰਕੇ, ਕਿਉਂਕਿ ਹਨੇਰੀ ਕਰਕੇ ਉਹ ਖੇਤ ਦੇ ਕੰਢੇ ਲੱਗੀਆਂ ਕੋਬਰਾ ਤਾਰਾਂ ਵਿੱਚ ਵੱਜਿਆ ਸੀਗਾ। ਅਤੇ ਅੱਜ ਵੀ ਬਹੁਤ ਤੇਜ਼ ਹਨੇਰੀ ਆ, ਇਸ ਕਰਕੇ ਆਪਣਾ ਬਚਾਵ ਕਰਕੇ ਚੱਲਿਆ ਜੇ, ਕਿਉਂਕਿ ਹਨੇਰੀ ਕਰਕੇ ਕਈ ਵਾਰੀ ਇੰਨੀ ਕੁ ਮਿੱਟੀ ਉੱਡਦੀ ਹੈ ਕਿ ਸਾਹਮਣੇ ਵਿਖਦਾ ਨੀਗਾ, ਧੁੰਦ ਵਰਗਾ ਮੌਸਮ ਹੋ ਜਾਂਦਾ ਹੈ, ਤਾਂ ਉਹਦੇ ਵਿੱਚ 4-ਵੀਲਰ ਨੂੰ ਵੀ ਆਪਣਾ ਜਿਹੜਾ ਬਚਾਅ ਕਰਕੇ ਚੱਲਣਾ ਚਾਹੀਦਾ। ਹਵਾ ਦੀ ਰਫ਼ਤਾਰ ਤੁਸੀਂ ਦੇਖੋ, ਜਿਵੇਂ ਲਾਈਟ ਸਾਡਾ ਮੋਬਾਈਲ ਵੀ ਹਿੱਲ ਰਿਹਾ, ਲਾਲ ਚੰਦ ਜੀ ਨਮਸਕਾਰ ਜੀ, ਬੀਕਾਨੇਰ ਤੋਂ ਬੋਲ ਰਹੇ ਨੇ ਜੀ। ਸੰਜੀਵ ਜੰਨਾ ਜੀ ਕਿਹਾ ਬਿਲਕੁਲ ਜੀ, ਮੈਂ ਤਾਂ ਮੇਰੇ ਘਰ ਦੇ ਕੋਲ ਹੈਗਾ, ਬਿਲਕੁਲ ਆਪਣਾ ਖਿਆਲ ਰੱਖਿਆ ਹੋਇਆ, ਬਸ ਲੋਕਾਂ ਨੂੰ ਮੌਸਮ ਦੀ ਜਾਣਕਾਰੀ ਦੇਣੀ ਹੈ। ਅਸੀਂ ਕਿੱਥੇ ਕਿਤੇ ਸਰਚ ਕੀਤੀ ਤੇ ਸੱਪ ਉੱਡ ਸਕਦਾ ਹੈ ਕਿ ਨਹੀਂ ਉੱਡ ਸਕਦਾ,
ਦਿਖਦਾ ਵੀ ਹੈ ਤਾਂ ਫਲਾਇੰਗ ਸਨੇਕ ਕਿਹਨੂੰ ਕਿਹਾ ਜਾਂਦਾ, ਉਹ ਵੀ ਪੂਰੀ ਜਾਣਕਾਰੀ ਕੱਲ੍ਹ ਦੇਵਾਂਗੇ ਆਪਾਂ, ਅੱਜ ਲੇਟ ਹੋ ਗਏ। ਫਿਲਹਾਲ ਅੱਜ ਮੌਸਮ ਅਪਡੇਟ ਹੈ, ਤੁਸੀਂ ਦੇਖੋ ਕਿ ਬਹੁਤ ਤੇਜ਼ ਜਦੋਂ ਇਸ ਤਰ੍ਹਾਂ ਦੀ ਹਨੇਰੀ ਆਉਂਦੀ ਹੈ ਤਾਂ ਕਈ ਵਾਰ ਜਿਹੜੀਆਂ ਚਾਦਰਾਂ ਹੁੰਦੀਆਂ ਨੇ ਸ਼ੈੱਡ ਪਈਆਂ, ਜਿਹੜੀਆਂ ਚਾਦਰਾਂ ਜਾਂ ਕੁਛ ਹੋਰ ਸਟੀਲ ਦੀਆਂ ਚਾਦਰਾਂ ਜਾਂ ਕੁਛ ਹੋਰ ਸਮਾਨ ਜਿਹੜੇ ਛੱਤਾਂ ਉੱਪਰ ਪਏ ਹੁੰਦੇ ਉੱਡ ਕੇ ਕਿਸੇ ਦੇ ਵਿੱਚ ਫਸ ਜਾਂਦੇ। ਮੈਂ ਇਸੇ ਕਰਕੇ ਖੁੱਲ੍ਹੀ ਜਗ੍ਹਾ ਚੂਜ਼ ਕੀਤੀ ਕਿ ਕੋਈ ਸਾਹਮਣੇ ਤੋਂ ਆਵੇ ਤਾਂ ਪਤਾ ਲੱਗ ਜਾਏਗਾ। ਵੈਸੇ ਮੈਂ ਬਹੁਤ ਖੁੱਲ੍ਹੀ ਜਗ੍ਹਾ 'ਤੇ ਖੜ੍ਹਾਂ, ਫਿਰ ਵੀ ਬਿਲਕੁਲ ਕੇਅਰਫੁੱਲ ਹਾਂ। ਉਪਕਾਰ ਸਿੰਘ ਜੀ ਕਹਿ ਰਹੇ ਨੇ ਵੀ ਉਪਕਾਰ ਸਿੰਘ ਜੀ ਸਰਕਾਰ ਹੈਗੀ ਹੈ ਜੀ, ਤੁਸੀਂ ਮੰਗਾਓ, ਅਸੀਂ ਤਾਂ ਵੀ ਤਾਂ ਕਿ ਗਰਮੀ ਤੋਂ ਥੋੜ੍ਹੀ ਰਾਹਤ ਮਿਲ ਸਕੇ ਅਤੇ ਫਸਲਾਂ ਨੂੰ ਵੀ ਪਾਣੀ ਮਿਲ ਸਕੇ, ਕਿਉਂਕਿ ਇਸ ਟਾਈਮ ਦੇ ਵਿੱਚ ਫਸਲਾਂ ਨੂੰ ਵੀ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਖਾਸ ਕਰਕੇ ਬਰਸਾਤੀ ਪਾਣੀ ਦੀ ਨਰਮੇ ਦੀ ਬਿਜਾਈ ਆਪਣੇ ਬੋਰ ਖੇਤਰ 'ਚ ਹੁੰਦੀ ਹੈ। ਬਸ ਮੈਂ ਉਸ ਜਗ੍ਹਾ ਤੇ ਖੜਾ, ਐਵੇਂ ਫੀਲ ਨਹੀਂ ਹੋ ਸਕਦਾ, ਸਿਰਫ ਹਵਾ ਦੀ ਆਵਾਜ਼ ਫੀਲ ਹੋਣੀ ਸੀ। ਪਰ ਦਰਖਤ ਤੁਸੀਂ ਦੇਖੋ ਵੀ ਸਾਹਮਣੇ ਜਿਹੜੇ ਲੱਗੇ ਆ ਬਹੁਤ ਬੁਰੀ ਤਰ੍ਹਾਂ ਹਿੱਲ ਰਹੇ ਨੇ ਅਤੇ ਖਿੱਚ ਕੇ ਲਿਜਾ ਰਹੀ ਹੈ ਆਪਣੇ ਆਪ ਨੂੰ ਦੂਸਰੇ ਪਾਸੇ। ਦੋਸਤੋ ਆਪਣਾ ਖਿਆਲ ਰੱਖਿਓ। ਸੌਰਵ ਕੁਮਾਰ ਪਾਲ ਜੀ ਕਹਿ ਰਹੇ ਨੇ ਯੂ ਆਰ ਮਾਈ ਫੇਵਰੇਟ, ਥੈਂਕ ਯੂ ਜੀ, ਥੈਂਕ ਯੂ ਸਰ। ਉਪਕਾਰ ਸਿੰਘ ਜੀ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ, ਇਹਨਾਂ ਨੇ ਦੱਸਿਆ ਉਪਕਾਰ ਸਿੰਘ ਜੀ ਉੱਘੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਦੱਸ ਰਹੇ ਨੇ ਕਿ ਕੱਲ੍ਹ ਤੱਕ ਬਰਸਾਤ ਆਉਣ ਦੀ ਸੰਭਾਵਨਾ ਹੈ। ਨਰੇਸ਼ ਸ਼ਾਕੇ ਜੀ ਕਹਿ ਰਹੇ ਨੇ ਜੀ ਸਾਡਾ ਵੀ ਨਾਮ ਬੋਲੋ ਜੀ, ਬਿਲਕੁਲ ਬੋਲਿਆ ਜੀ ਸਰ, ਕੁਛ ਨਾਮ ਨਹੀਂ ਦਿਖਾਈ ਦਿੰਦੇ ਕਿਉਂਕਿ ਮਿੱਟੀ ਘੱਟਾ ਪੈ ਜਾਂਦਾ ਅੱਖਾਂ ਦੇ ਵਿੱਚ, ਦਿਖਾਈ ਨਹੀਂ ਦੇ ਰਿਹਾ। ਗੱਡੀਆਂ ਵਾਲੇ ਦੇਖੋ ਕਿਵੇਂ ਸੰਭਲ ਕੇ ਚੱਲ ਰਹੇ ਨੇ। ਅੱਜ ਦਿਲਪੁਰੀ ਆ ਜੀ, ਇਹ ਲਗਾਤਾਰ ਸਾਡੀ ਵੀਡੀਓਜ਼ ਵੇਖਦੇ ਨੇ ਜੀ। ਰਾਮਪਾਲ ਜੀ ਕਹਿ ਰਹੇ ਨੇ ਡੰਗਰ ਖੇੜਾ। ਦੋਸਤੋ ਦੁਬਾਰਾ ਰਿਪੀਟ ਕਰਦੇ ਜੀ ਕੁਛ ਨਾਮ ਜਿਹੜੇ ਮੈਂ ਰਹਿ ਗਿਆ ਸੀਗਾ, ਪ੍ਰੀਤ ਟੋਡਾ ਜੀ, ਥੈਂਕ ਯੂ। ਰਣਜੀਤ ਸਿੰਘ ਜੀ ਲੁਧਿਆਣਾ, ਪ੍ਰਿਥਵੀ ਹੈ ਮੇਰੀ, ਅੱਛਾ ਜੀ ਕਹਿੰਦੇ ਲੁਧਿਆਣਾ ਹੈਗੇ ਨੇ ਜੀ ਉਹ। ਸ਼ਾਰਕੇ ਜੀ ਕਹਿ ਰਹੇ ਨੇ ਫੈਨ ਆ ਜੀ, ਬਿਲਕੁਲ ਜੀ ਸਰ, ਜਦੋਂ ਵੀ ਮਿਲੋਂਗੇ ਆਪਾਂ ਬਿਲਕੁਲ ਮਿਲਾਂਗੇ ਜੀ। ਅਤੇ ਦੋਸਤੋ ਇਹ ਵੀ ਦੱਸਿਓ ਜੀ, ਚਲੋ ਆਪਣੀ ਤਾਰੀਫਾਂ ਦੇ ਤਾਂ ਕੋਈ ਗੱਲ ਨਹੀਂ ਜੀ, ਤੁਸੀਂ ਸਾਰੇ ਆਪਣਾ ਸਾਥ ਦਿੰਦੇ ਹੋ ਬਹੁਤ ਜ਼ਿਆਦਾ। ਪਿਛਲੇ 4 ਸਾਲਾਂ ਤੋਂ ਲਗਾਤਾਰ ਧਿਆਨ ਐਕਸਪ੍ਰੈਸ ਜਿਹੜਾ ਹੈ ਇਸ ਫੀਲਡ ਦੇ ਵਿੱਚ ਆਪਣੀ ਸੇਵਾਵਾਂ ਦੇ ਰਿਹਾ। ਉਸ ਤੋਂ ਪਹਿਲਾਂ ਵੀ ਮੈਂ ਮੀਡੀਆ ਫੀਲਡ 'ਚ ਕੰਮ ਕਰ ਰਿਹਾ ਸੀ, ਲੇਕਿਨ ਜੋ ਪਿਆਰ 2020 ਤੋਂ ਬਾਅਦ ਮਿਲਿਆ ਉਹਦੇ ਵਾਸਤੇ ਸਾਰਿਆਂ ਦਾ ਸ਼ੁਕਰੀਆ। ਨਾਮ
ਨਾਗਪਾਲ ਜੀ ਹੈਲੋ ਜੀ, ਕ੍ਰਿਸ਼ਨ ਵਰਮਾ ਗੁੱਡ ਜੀ, ਵਿਜੇ ਯਾਦਵ ਗੰਗਾ ਨਗਰ ਕਿਉਂ ਆ ਰਹੀ ਹੈ ਕਿਆ? ਸਾਡੇ ਬਰਸਾਤ ਹੋ ਗਈ ਵਿਜੇ ਜੀ, ਅਤੇ ਹੁਣ ਸਾਡੀ ਹਨੇਰੀ ਹੈਗੀ ਆ, ਤੁਸੀਂ ਬਰਸਾਤ ਭੇਜ ਦਿਓ, ਅਸੀਂ ਹਨੇਰੀ ਭੇਜ ਦਿੰਦੇ ਹਾਂ। ਬਲਦੇਵ ਮੱਕੜ ਜੀ, ਕੰਮ ਕਹਿੰਦੇ ਆ ਜਾਰੀ ਰਹਿੰਦੇ ਨੇ, ਅਤੇ ਆਹ ਦੇਖੋ ਜੀ ਹਨੇਰੀ ਬਹੁਤ ਜ਼ਿਆਦਾ ਦੋਸਤੋ, ਨਾਮ ਵੀ ਪੜ੍ਹ ਪਾਊਂਗਾ। ਅਸ਼ੋਕ ਕੁਮਾਰ ਜੀ, ਸਾਰਿਆਂ ਨੂੰ ਗੁੱਡ ਨਾਈਟ, ਰਾਮ ਰਾਮ, ਜੋ ਵੀ ਕੁਛ ਲਿਖ ਰਹੇ ਜੀ। ਪਰ ਦੋਸਤੋ ਰਿਕੁਐਸਟ ਹੈ ਕਿ ਇਹ ਜ਼ਰੂਰ ਦੱਸਿਓ ਵੀ ਹਨੇਰੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੈਗੀ ਹੈ, ਅਤੇ ਬਰਸਾਤ ਕਿਹੜੇ ਏਰੀਆ 'ਚ ਹੈਗੀ ਹੈ। ਗਾਂਧੀ ਗਾਰਮੈਂਟ ਤੋਂ ਜੀ, ਰਮੇਸ਼ ਗਾਂਧੀ ਜੀ, ਉਹ ਜ਼ਰੂਰ ਆਪਣਾ ਖਿਆਲ ਰੱਖਿਓ ਵਿੱਚ ਦੂਸਰੇ ਛੱਤਾਂ ਤੋਂ ਉੱਡ ਕੇ ਕੋਈ ਸਮਾਨ ਤੁਹਾਡੇ ਕੋਲ ਨਾ ਡਿੱਗ ਪਏ। ਵੈਸੇ ਕਹਿੰਦੇ ਆ ਵੀ ਦਰਖਤ ਜਦੋਂ ਕਟਾਈ ਹੁੰਦੀ ਹੈ ਤਾਂ ਉਹਨਾਂ ਖੇਤਰਾਂ ਦੇ ਵਿੱਚ ਬਰਸਾਤ ਘੱਟ ਹੁੰਦੀ ਹੈ ਅਤੇ ਹਨੇਰੀਆਂ ਜ਼ਿਆਦਾ ਆਉਂਦੀਆਂ ਨੇ, ਅਤੇ ਆਹ ਤੁਸੀਂ ਦੇਖ ਰਹੇ ਹੋ ਲੱਕੜਾਂ ਦਾ ਬਿਜ਼ਨਸ ਬਹੁਤ ਵੱਧਦਾ ਜਾ ਰਿਹਾ। ਅਸ਼ੋਕ ਬਿਸ਼ਨੋਈ ਕਰਨ ਕਹਿੰਦੇ ਜੀ, ਅੱਜ ਦੀ ਸਾਈਕਲ ਵਾਲੀ ਬਹੁਤ ਖੁਸ਼ ਸੀ ਜੀ, ਬਹੁਤ ਬਹੁਤ ਧੰਨਵਾਦ ਜੀ। ਇਹੋ ਜਿਹੀਆਂ ਕੁਛ ਸਟੋਰੀ ਹੋਏ ਤਾਂ ਜ਼ਰੂਰ ਦੱਸਿਆ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਕਵਰ ਕਰ ਸਕੀਏ ਜੀ। ਅਸ਼ੋਕ ਕੁਮਾਰ ਜੀ ਕਹਿ ਰਹੇ ਨੇ ਸਰਵਰਾ ਜੀ ਬਹੁਤ ਹੈਗੀ ਆ, ਸੁਰਜੀਤ ਬਾਦੂ ਵੀ ਕਹਿ ਰਹੇ ਨੇ ਬਾਰਿਸ਼ ਕਾਲ ਕਾ ਜੀ, ਇਹ ਪੁੱਛ ਰਹੇ ਨੇ ਜੀ, ਸਾਰੇ ਦੱਸ ਦਿਓ ਜੀ, ਤੁਸੀਂ ਉਸ ਤਰ੍ਹਾਂ ਪੁੱਛ ਰਹੇ ਨੇ ਕਹਿੰਦੇ ਹੋਲੀ ਕੱਬ ਹੈ, ਹੁਣ ਤੁਸੀਂ ਦੱਸ ਦਿਓ। ਜੋ ਕਮੈਂਟ ਪੜ੍ਹ ਰਹੇ ਨੇ ਸੁਰਜੀਤ ਬਾਦੂ ਜੀ ਦਾ,
ਕਿ ਬਰਸਾਤ ਕਿੱਥੇ ਕੀਤੀ। ਸ਼ੱਬਾ ਖੈਰ ਮੰਗ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਇੱਕ ਦੂਜੇ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਇੱਕ ਦੂਜੇ ਸਮੱਸਿਆ ਨੂੰ ਸਮਝਣਾ ਚਾਹੀਦਾ, ਇੱਕ ਦੂਜੇ ਨੂੰ ਪ੍ਰੇਮ ਕਰਨਾ ਚਾਹੀਦਾ। ਵੈਸੇ ਇਹ ਆਪਾਂ ਕਹਿਣ ਨੂੰ ਬਹੁਤ ਸੌਖੇ ਨੇ, ਪਰ ਅੱਜ ਕੱਲ੍ਹ ਲੋਕ ਇਸ ਤਰ੍ਹਾਂ ਕਰਦੇ ਨੇਗੇ। ਜੈਲਸ ਦਾ ਜ਼ਮਾਨਾ ਹੈਗਾ, ਸਦੀਆਂ ਤੋਂ ਚੱਲਿਆ ਆ ਰਿਹਾ, ਇਹਨੂੰ ਆਪਾਂ ਨਹੀਂ ਬਦਲ ਸਕਦੇ, ਲੇਕਿਨ ਪੋਜ਼ਿਟਿਵ ਰਹਿ ਕੇ ਥੋੜ੍ਹਾ ਬਹੁਤ ਕੁਝ ਬਦਲਿਆ ਜਾ ਸਕਦਾ। ਦੋਸਤੋ ਰਾਤ ਬਹੁਤ ਹੋ ਗਈ ਹੈ, ਮੈਨੂੰ ਇਹਦੇ ਇਜਾਜ਼ਤ, ਬਹੁਤ ਬਹੁਤ ਧੰਨਵਾਦ ਜੀ। ਸੋਨੂੰ ਸਹਿਦੇਵ ਜੀ, ਰਾਮ ਰਾਮ ਜੀ। ਅਰੁਣ ਸਹਿਦਿਆ ਜੀ, ਮੌਸਮ ਠੀਕ ਹੋ ਗਿਆ, ਕੁਝ ਰਿਲੈਕਸ ਹੋ ਗਿਆ। ਸੁਸ਼ੀਲ ਕੁੱਕੜ ਜੀ, ਬੱਤੀ ਗੁੱਲ ਹੋ ਗਈ। ਆਪਾਂ ਇਸੇ ਤਰ੍ਹਾਂ ਪਰਿਵਾਰ ਦੇ ਰੂਪ ਵਿੱਚ ਜੁੜੇ ਰਹਾਂਗੇ, ਤੁਸੀਂ ਬਸ ਸਿਰਫ ਫੋਲੋ ਕਰਦੇ ਰਿਹਾ ਕਰੋ, ਆਪਣੇ ਪਰਿਵਾਰਕ ਮੈਂਬਰਾਂ ਨੂੰ ਹੋਰ ਵਧਾਉਂਦੇ ਰਿਹਾ ਕਰੋ, ਤਾਂ ਕਿ ਆਪਣੀ ਇਹ ਜਿਹੜੀ ਤਾਕਤ ਹੈ ਫੋਲੋ ਕਰਨ ਨਾਲ ਵਧਦੀ ਹੈ। ਤੁਸੀਂ ਜਿੰਨਾ ਫੋਲੋ ਕਰੋਗੇ ਉਨਾ ਹੀ ਆਪਾਂ ਨੂੰ ਹੌਸਲਾ ਮਿਲੇਗਾ। ਕਥੇਰੀਆ ਜੀ ਕਹਿ ਰਹੇ ਨੇ ਸ੍ਰੀ ਮੁਕਤਸਰ ਸਾਹਿਬ 'ਚ ਵੀ ਬਹੁਤ ਜ਼ਿਆਦਾ ਹਨੇਰੀ ਆ ਰਹੀ ਹੈ। ਅਸ਼ੋਕ ਸਤਿੰਦਰ ਕੁਮਾਰ ਜੀ, ਇਹ ਕਹਿ ਰਹੇ ਨੇ ਧਿਆਨ ਨਾਲ ਆਉਣਾ ਜੀ, ਮੇਰਾ ਘਰ ਹੀ ਇੱਥੇ ਹੈ ਜੀ। ਅਮਨ ਕੁਮਾਰ ਸ਼ੁਕਲਾ ਜੀ, ਬਹੁਤ ਜ਼ਰੂਰੀ ਐਂਬੂਲੈਂਸ ਜਾ ਰਹੀ ਹੈ, ਰੱਬ ਖੈਰ ਕਰੇ ਜੋ ਵੀ ਇਸ 'ਚ ਜਾ ਰਿਹਾ ਜਲਦੀ ਠੀਕ ਹੋ ਕੇ ਵਾਪਸ ਆਵੇ। ਸੈਨਾ ਹਿੰਮਤਪੁਰਾ ਬਠਿੰਡਾ ਲਿਖਿਆ ਹੋਇਆ ਜੀ, ਪੈਂਟਰ। ਮੈਂ ਫਾਜ਼ਿਲਕਾ ਰੋਡ ਤੇ ਖੜਿਆ ਜੀ। ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਬੱਤੀ ਗੁੱਲ ਹੋ ਗਈ, ਬਿਲਕੁਲ ਜੀ। ਸੁਨੀਲ ਕੁਮਾਰ ਕਹਿ ਰਹੇ ਨੇ ਜੀ ਮੰਨਤ ਕੁੱਕੜ ਫੈਨ ਹੈਗੇ ਨੇ ਸਾਡੇ, ਉਹਨਾਂ ਦਾ ਨਾਮ ਬੋਲਦੇ ਹੋ, ਥੈਂਕ ਯੂ ਮੰਨਤ ਜੀ। ਗੁਰਵਿੰਦਰ ਸਿੰਘ, ਕਮਲ ਵਾਲਾ, ਕਮਾਲ ਵਾਲਾ ਵੀ, ਹਨੇਰੀ ਅੱਖਾਂ 'ਚ ਪੈਂਦੀ ਹੈ, ਕੁਛ ਨਾਮ ਨਿਕਲ ਜਾਣ ਤਾਂ ਉਹਦੇ ਵਾਸਤੇ ਮਾਫੀ ਚਾਹੁੰਦਾ ਜੀ। ਸੈਨਾ ਪੇਂਟਰ ਹਿੰਮਤਪੁਰਾ ਤੋਂ ਬੋਲ ਰਹੇ ਨੇ, ਮਦਨ ਸਰਸਤ ਅੰਧਕਾਰ ਕਿਤਨਾ ਤੇਜ਼ ਹੈ ਜੀ ਕਹਿ ਰਹੇ ਨੇ। ਦੀਪਕ ਸੰਧੂ ਜੀ ਕਹਿ ਰਹੇ ਨੇ ਵੀ ਸਰਕਾਰ ਚੇਂਜ ਹੋ ਗਈ, ਇਸ ਕਰਕੇ ਹਨੇਰ ਆਇਆ। ਆਪਣੇ ਆਪਣੇ ਵਿਚਾਰ ਹੈ ਜੀ, ਕੱਲ੍ਹ ਪਤਾ ਲੱਗ ਜਾਏਗਾ ਵੀ ਸਰਕਾਰ ਕਿਹਦੀ ਬਣਨੀ ਹੈ। ਕੱਲ੍ਹ ਸਵੇਰ ਤੋਂ ਹੀ ਪਿਟਾਰੇ ਖੁੱਲ੍ਹਣੇ ਸ਼ੁਰੂ ਹੋ ਜਾਣੇ ਆ, ਉਸ ਤੋਂ ਬਾਅਦ ਪਤਾ ਲੱਗ ਜਾਏਗਾ ਵੀ ਸਰਕਾਰ ਕਿਹਦੀ ਬਣਨੀ ਹੈ। ਸੁਰਜੀਤ ਬਾਦੂ ਜੀ, ਥੈਂਕ ਯੂ ਜੀ, ਤੁਸੀਂ ਫੈਨ ਹੈਗੇ ਹੋ। ਰੇਨੂ ਦਮੀਜਾ ਜੀ, ਰਾਮ ਰਾਮ ਜੀ। ਸੁਨੀਲ ਕੁਮਾਰ ਜੀ, ਥੈਂਕ ਯੂ ਅੰਕਲ ਜੀ। ਸਤਿੰਦਰ ਕੁਮਾਰ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਜ਼ਿਆਦਾ ਮੈਨੂੰ ਮੈਸੇਜ ਕਰਦੇ ਹੋ, ਫੋਲੋ ਕਰਦੇ ਹੋ, ਤੁਹਾਡੇ ਵਾਸਤੇ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ 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 ਜੀ, ਤੁਸੀਂ ਬਹੁਤ ਹੌਸਲਾ ਵਧਾਇਆ, ਤਾਂ ਹੀ ਮੈਂ ਇੰਸਟਾਗ੍ਰਾਮ ਉੱਪਰ ਐਕਟਿਵ ਹੋਇਆ, ਅਦਰਵਾਈਜ਼ ਮੈਂ ਇੰਸਟਾਗ੍ਰਾਮ 'ਤੇ ਐਕਟਿਵ ਨਹੀਂ ਸੀਗਾ ਤੁਹਾਡੇ ਕਰਕੇ। ਤੁਸੀਂ ਇੱਕ ਇੱਕ ਵੀਡੀਓ 6-6 ਮੈਸੇਜ ਪਾਉਂਦੇ ਹੋ, ਬਹੁਤ ਬਹੁਤ ਸ਼ੁਕਰੀਆ ਜੀ, ਇਸੇ ਤਰ੍ਹਾਂ ਹੌਸਲਾ ਵਧਾਉਂਦੇ ਰਹੋ।
ਤੇ ਆਪਾਂ ਇਸੇ ਤਰ੍ਹਾਂ ਅੱਗੇ ਕੰਮ ਕਰਦੇ ਰਵਾਂਗੇ। ਬਲਰਾਜ ਸਿੰਘ ਜੀ ਕਹਿ ਰਹੇ ਨੇ ਕੰਦੂ ਖੇੜਾ ਨਾਲ ਬੀਕਾਨੇਰ ਦੀ ਸਰਹੱਦ ਹੈ ਜੀ। ਨਰੇਸ਼ ਕੁਮਾਰ ਜੀ, ਰਾਮ ਰਾਮ ਜੀ। ਭਜਨ ਲਾਲ ਗੁੜੀਆ ਜੀ ਡੰਗਰ ਖੇੜਾ 'ਚ ਵੀ, ਵਿਸ਼ਾਲ ਕੁਮਾਰ ਜੀ, ਅਜੇ ਕੁਮਾਰ ਜੀ, ਸੁਨੀਲ ਗਰਾਣੀਆ, ਗੁਰਵਿੰਦਰ ਸਿੰਘ, ਰਾਕੇਸ਼ ਬਰੋੜ, ਜਸਵਿੰਦਰ ਇਕਵਾਨ, ਵਾਸੂ ਪਟੀਰ, ਗੁਰਵਿੰਦਰ ਸਿੰਘ, ਸੁਨੀਲ ਨਿਰਾਣੀਆ, ਸਾਰੇ ਆਪਣਾ ਖਿਆਲ ਰੱਖਿਓ, ਖੁੱਲੀ ਜਗ੍ਹਾ ਉੱਪਰ ਰਹੋ। ਜਿਹੜੇ ਲੋਕ ਬਾਹਰ ਸੁੱਤੇ ਹੈ ਉਹ ਕਿਰਪਾ ਕਰਕੇ ਇਹੋ ਜਿਹੀ ਗਾਂ 'ਤੇ ਸੋਇਓ ਕਿ ਜਿੱਥੋਂ ਵੀ ਛੁੱਟ ਕੇ ਤੁਹਾਡੇ ਪਤਾ ਲੱਗੇ, ਕਿਉਂਕਿ ਇਸ ਤਰ੍ਹਾਂ ਦੀ ਹਨੇਰੀਆਂ 'ਚ ਮੈਂ ਅਕਸਰ ਵੇਖਿਆ ਕਿ ਦੂਰੋਂ ਕੋਈ ਚੀਜ਼ ਉੱਡਦੀ ਵੀ ਆਉਂਦੀ ਹੈ ਅਤੇ ਆਪਣਾ ਨੁਕਸਾਨ ਕਰ ਇਸ ਕਰਕੇ ਖੁੱਲੀ ਜਗ੍ਹਾ ਚੂਜ਼ ਕਰਿਓ, ਹਨੇਰੀ ਨਾਲ ਬਚ ਕੇ ਰਿਹੋ। ਵੈਸੇ ਵੀ ਬਜ਼ੁਰਗਾਂ ਨੇ ਕਿਹਾ ਕਿ ਆਪਾਂ ਨੂੰ ਵੀ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਨਿਯਮ ਬਣਾਏ ਆ ਉਹਨਾਂ ਦਾ ਪਾਲਣ ਕਰਨਾ ਚਾਹੀਦਾ ਹੈ। ਸਾਰੇ ਆਪਣਾ ਖਿਆਲ ਰੱਖਿਓ, ਜੋ ਲੋਕ ਸਾਧਨ ਚਲਾ ਰਹੇ ਆ, ਜੋ ਲੋਕ ਟੂ ਵੀਲਰ 'ਤੇ ਜਾ ਰਹੇ ਆ, ਉਹ ਖਾਸ ਕਰਕੇ ਆਪਣਾ ਖਿਆਲ ਰੱਖਿਓ। ਫੋਰ ਵੀਲ ਵਾਲੇ ਵੀ ਆਪਣੀਆਂ ਬੱਤੀਆਂ ਬੁੱਤੀਆਂ ਜਗਾ ਕੇ ਰੱਖਿਆ, ਜਿਵੇਂ ਠੰਡ ਦੇ ਵਿੱਚ ਆਪਾਂ ਦੇ ਵਿੱਚ ਜਗਾ ਕੇ ਰੱਖਦੇ ਹਾਂ, ਉਸ ਤਰ੍ਹਾਂ ਨਿਯਮਾਂ ਦੀ ਪਾਲਣਾ ਕਰਿਆ ਜੇ ਤਾਂ ਕਿ ਆਪਣਾ ਜਿਹੜਾ ਸਫ਼ਰ ਸੁਖਾਲਾ ਹੋਵੇ। ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਜੀਐਸ ਗਿੱਲ ਜੀ ਕਹਿ ਰਹੇ ਨੇ ਵਾਹ ਜੀ ਵਾਹ, ਤੁਸੀਂ ਸਰ ਸਿਰੇ ਤੋਂ ਆਇਓ। ਇਹ ਜੀਐਸ ਗਿੱਲ ਜੀ ਨੇ ਜੋ ਸਿਰੇ ਤੋਂ ਲਿਆ ਅਤੇ ਆਵਾਜ਼ ਸਰ ਜੀ ਉਹ ਗਿੱਲ ਸਾਹਿਬ ਨੇ ਜਿਹੜੇ ਕਿ ਵੱਡੇ ਫੈਨ ਨੇ ਉਦਿਆਨ ਐਕਸਪ੍ਰੈਸ ਦੇ, ਆਪਾਂ ਨੂੰ ਸੂਚਨਾਵਾਂ ਵੀ ਦਿੰਦੇ ਨੇ ਵਿਦੇਸ਼ਾਂ ਦੀਆਂ। ਦਾਦਾ ਬਹੁਤ ਬਹੁਤ ਧੰਨਵਾਦ ਅਤੇ ਵੈਲਕਮ ਹੈ ਸਰ, ਜਦੋਂ ਵੀ ਆਓ ਮਿਲ ਕੇ ਜਾਇਓ ਜੀ। ਅਤੇ ਦੋਸਤੋ ਲਾਈਟ ਜਿਹੜੀ ਉਹ ਚਲੀ ਗਈ, ਇਸ ਕਰਕੇ ਹਨੇਰਾ ਹੈਗਾ। ਰਣਦੀਪ ਸਿੰਘ ਜੀ ਕਹਿ ਰਹੇ ਨੇ ਬੱਲੂਆਣ 'ਚ ਬਹੁਤ ਤੇਜ਼ ਹੈ ਜੀ। ਰਾਜਕੁਮਾਰ ਪ੍ਰਜਾਪਤ ਜੀ, ਰਾਮ ਰਾਮ ਜੀ। ਰੋਹਿਤ ਨਾਗਪਾਲ ਜੀ,
ਗੁਰਵਿੰਦਰ ਸਿੰਘ ਪਿੰਡ ਖੇਰੀ, ਇਹ ਕਹਿ ਰਹੇ ਰਾਜਸਥਾਨ ਚ ਵੀ ਹੈਗਾ। ਇੱਕ ਪਾਸੇ ਹਨੇਰੀ ਕਰਕੇ ਮੌਸਮ ਥੋੜਾ ਠੰਡਾ ਹੋਇਆ, ਪਰ ਅੱਜ ਕੱਲ ਹਰ ਇੱਕ ਬੰਦੇ ਨੂੰ ਏ ਸੀ ਸੌਣ ਦੀ ਆਦਤ ਹੈ। ਏ ਸੀ ਬੰਦ ਹੋ ਗਏ ਨੇ ਜਿਹਦੇ ਕਰਕੇ ਸਾਰੇ ਨੀਂਦ ਖੁੱਲ ਗਈ ਹੋਣੀ ਹੈ। ਹਨੇਰੀ ਥੋੜੀ ਜਿਹੀ ਕੱਟੀ ਹੈ, ਲੇਕਿਨ ਚੌਂਕੇ ਜਿਹੜੇ ਆ ਉਹ ਤੇਜ਼ ਹੈਗੇ ਹਨੇਰੀ ਦੇ।